नहीं गवाई नहीं गवाई केदा हैगा मेरे तो चलिए जी गड्डी जे बढ़ाई रखना बरीक मुंडा चला बेबे कहंदी ना आयो कदे इड्डा सोहना मुंडा लेकिन कचरा मरवाएगा बाबा कुछ कहते हैं सोना ही नहीं लगता सोना ही नहीं लगी जाना अच में छोड़ा भाई भी अपने माइक घरे चकना मुंडे करो दर्शन माइकल साहब जी दे माइकल हाजिर नाजर हो गए ने नहीं माइकल हाजिर नाजर हो गए ने भरावां दी गड्डी विच कदम धरता है अज आनंदपुर नूं जा रहे हैं भाई कितनी क खुशी महसूस हो रही है दास नूं दस्सो माड़ा जिहा खुशी वर्णन करो अपनी माड़ी जी भाजी मट्टी जी स्माइल छड्ड दिंदा नाले मट्टी जी वर्णन नहीं होनी ਭਾਜੀ ਹੁਣੀ ਬੀਜੀ ਹੋਇਆ ਫੋਨ ਤੇ ਫੋਨ ਚੜੀ ਜਾਂਦੇ ਅੱਜ ਕਹਿੰਦੇ ਚੈਂਪੀਅਨਸ਼ਿਪ ਖੇਡਣ ਜਾ ਰਹੇ ਆ ਕੱਪ ਖੇਡਣ ਜਾ ਰਹੇ ਆ ਚੈਂਪੀਅਨਸ਼ਿਪ ਦਾ ਫੋਨ ਤੇ ਫੋਨ ਹੀ ਚੜਨੇ ਆ ਹਾਂਜੀ ਭਾਜੀ ਹੁਣੀ ਕੀ ਕਹਿੰਦੇ ਹੈ ਇਹ ਅੱਕ ਜਾਂਦਾ पक्का मरवाओगे अज किसी ना किसी तू लेने वाली जैकेट पाई मेरे दो सोने चाचा नी गा छोटा भरा है साडा माइकल तू वड्डा आ माइकल तो माइकल तो वड्डा माइकल छोटा है साला वो इधर ते जन्मपुत्री बोलते नहीं है ना मेरी कहा सुन माइकल माइकल अल्ले मामा अंडर इक्की खेड नु फेर दा ओ अंडर इक्की लाउन फेर दा तू नु दसी ना बड़ा है मैं कदों बड़ा है हैं हां ना भाई ये नहीं बड़ा बड़ा छोटा है तू किन्नी खेड ली कल दसवीं कीती है ने केने कल दसवीं माइकल तो छोटा अच्छा बड़ा है तू साल दो साल बड़ा है ना सही है सही है पेपर कदों पेंदे आ हैं मामा पेपर छड्ड के तू किधर तुरी जांदा दस हैं मामा बाई नूं भावे हैगे आ पढ़ो पुढ़ो कुछ लिखो साडी जिंदगी लंघ गई अद्धे दस करके बारह करके बस क्यों माइकल भरा पढ़ाई वाली जिंदगी काफी पेंसिल पाई की कही सुरजन सिंह जट्ठा मारना पे सू कद काफी पेंसिल रखनी पी जीते भाई पता
ਹੈਗੀ ਪੈਨਸਲ ਕਿਸੇ ਤੋਂ 2000 ਕਾਪੀ ਹੈਗੀ ਕਿਸੇ ਤੋਂ ਫੜਾ ਕਾਪੀ ਪੈਨਸਲ ਨਾਲ ਲੈ ਕੇ ਜਾਇਆ ਕਰਨੀ ਆ ਭਾਜੀ ਹੈਗੀ ਤੇ ਤੂੰ ਹੋਣੀ ਯਾਰ ਕਾਪੀ ਮੈਂ ਤੂੰ ਤਾਂ ਪੜ੍ਹਦਾ ਹਾਲੇ ਘਰੇ ਰੱਖਿਆ ਜਾ ਓਏ ਕਰਤੀ ਨਾ ਲੱਸੀ ਘਰੇ ਰੱਖਿਆ ਚਲੋ ਕਿੱਥੇ ਚੱਲੀਏ ਮਾਈਕਲ ਚੱਲੇ ਤਾਂ ਹੈ ਚਲੋ ਆਪਾਂ ਸ਼ਹਿਰ ਕਰਦੇ ਚੱਲੇ ਤਾਂ ਹੈਗੇ ਆ ਚੱਲ ਗਿਆ ਚੱਲ ਮਾਈਕਲ ਕਹਿੰਦਾ ਚੁੱਪ ਹੀ ਨਹੀਂ ਕਰਦਾ ਇਹ ਬੋਲੀ ਮੈਂ ਬੋਲਣਾ ਹੀ ਨੀ ਹੁਣ ਹੱਡੀ ਨੀ ਪਾਉਣਾ ਵੀ ਅਜੇ ਖੁੱਲਾ ਪਿਆ ਖੁੱਲਾ 1500 ਰੁਪਏ ਭਾਨ ਫੜਾ ਸੀ ਅੱਜ ਇਕੱਠੀ ਕਰਕੇ ਥੈਲੀ ਜੀ ਭਰ ਕੇ ਥੈਲੀ ਭਰ ਕੇ ਉਹ ਗਿਣ ਲੱਗਾ ਉਹਦੇ ਪੂਰੇ ਮਾਰ ਉਧਰ ਵੀ ਕੈਮਰਾ ਉਹ ਬੈਠਾ ਕਹਿਣ ਲਾ ਭਾਲ ਕਹਿਣ ਲਾ ਇਹਨਾਂ ਨੇ ਖੇਡਣੀਆਂ ਕਬੱਡੀਆਂ ਤਰਾੜੇ ਮਾਰਦਾ ਸਸਤੀ ਪਹਿਲੇ ਨੇ ਸੀ ਪਾਈ ਆ ਇਹ ਰਿਫਰੈਸ਼ਮੈਂਟ ਹੋ ਰਹੀ ਆ ਮਾੜੀ ਮੇਰੇ ਤੋਂ ਪਹਿਲਾਂ ਦੀ ਅੱਛਾ ਰਿਫਰੈਸ਼ਮੈਂਟ ਤੈਨੂੰ ਕੀ ਪਤਾ ਫਰੈਸ਼ ਹੋ ਕੇ ਖੇਡਣਾ ਫਰੈਸ਼ ਹੋ ਕੇ ਰਿਲੈਕਸ ਹੋ ਕੇ ਸੀਨ ਵਾਦੀਓ ਸੀਨ ਵਾਦੀਓ ਮੈਂ ਜਾ ਰਹੇ ਹਾਂ ਪਹੁੰਚ ਚੱਲੇ ਬਸ ਅੱਧਾ ਘੰਟਾ ਰਹਿ ਗਿਆ ਅੱਧੇ ਘੰਟੇ ਬਣਨਾ ਅੱਧੇ ਘੰਟੇ ਦਾ ਸਫ਼ਰ ਰਹਿ ਗਿਆ ਸੱਦਿਆ ਕਦੋਂ ਸੀ ਤੇ ਚੱਲੇ ਕਦੋਂ ਟਾਈਮ ਤੇ ਆਪਾਂ ਆਉਣ ਵਾਲਾ ਟਾਈਮ 7 ਵਜੇ ਕਿਹਾ ਕਰਕੇ ਤੇ 9 ਵਜੇ ਤੁਰ ਲੱਗੇ ਆ ਤੇ 9 ਵਜੇ ਸਹੀ ਗੱਲ ਸੀ ਤੇ ਕਿੱਥੇ ਪੂਰਾ ਟਾਈਮ ਪੈਣਾ ਸੀ ਹੁਣ ਪੈ ਗਿਆ ਇਹ ਹੁਣ 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 ਮੁੱਲ ਵੀ ਪੈ ਗਿਆ ਸਲਾਬਾ ਤਾਂ ਨਹੀਂ ਪਿਆ ਹੁਣ ਸਲਾਬਾ ਬਸ ਨੀਂਦ ਪੂਰੀ ਆ ਸੈੱਟ ਆ ਕੰਮ ਹੁਣ ਸਲਾਬਾ ਠੀਕ ਉਧਰ ਸਾਊਂਡ ਵੇਚਦਾ ਮਾਈਕਲ ਉਹ ਦਿੱਤਾ ਹੈਡਫੋਨ ਨਹੀਂ ਲਿੱਤੇ ਲਓ ਵੀ ਪਹੁੰਚ ਗਏ ਅਨੰਦਪੁਰ ਸਾਹਿਬ ਦਰਬਾਰ ਸਾਹਿਬ ਆ ਗਏ ਜ਼ੂਮ ਕਰ ਦਈਏ ਨਾ ਮਾੜਾ ਜਿਹਾ ਚੰਗਾ ਜਾਮ ਲੱਗਾ ਨਾ 10 ਮਿੰਟ ਹੋ ਗਏ ਬਿੱਟੂ ਦੇ ਨੂੰ 10 ਮਿੰਟ ਤਾਂ ਹੋਰ ਜਾਮ ਵਾਲੇ ਹੁਣ ਸਾਡੇ ਬਜ਼ਾਰੇ ਨੂੰ ਵਕਤ ਹੀ ਪਿਆ ਨਾ ਉੱਦਾਂ ਅੱਜ ਦੇ ਦਿਨ ਇਹਨਾਂ ਨੂੰ ਵਕਤ ਹੀ ਹਾਂ ਕੱਲ੍ਹ ਨੂੰ ਵੀ ਧੁੱਪੇ ਰਹਿਣਾ ਹੀ ਨਹੀਂ 24 ਘੰਟੇ ਹੁਣ ਅੱਧੀ ਸਿਟੀ ਮੂੰਹ 'ਚ ਲੈ ਕੇ ਬਸ ਡਾਂਗ ਹੱਥੇ ਵੜ ਕੇ ਐਂ ਵਜਾਈ ਜਾਣੀ ਆ ਐਂ ਵਜਾਈ ਜਾਣੀ ਐਂ ਬਸ ਗੜੇ ਆ ਕੇ ਐਂ ਹੋ ਜਾਣੀ ਹੈ ਨਾ ਵਿਜੇ ਮਿਲਦੇ ਵਿਜੇ ਕਿੱਥੇ ਦਾ ਲਵਣਾ ਮਾਈਕਲ ਸਾਹਿਬ ਸੋਸਤੀ ਸੂਸਤੀ ਨਿਕਲੀ ਕਿ ਨਹੀਂ ਹਲੇ ਚੜੀ ਹੋਈ ਆ ਹੈਂ ਯਾਰ ਠੰਡਾ ਜਿਹਾ ਬੰਦਾ ਚੱਕ ਲਈ ਤਾਂ ਸਹੀ ਗੱਲ ਆ ਬੜਾ ਦੋਨੇ ਠੰਡੇ ਆ ਦੋਨੇ ਠੰਡੇ ਬੰਦੇ ਬੈਠੇ ਮਗਰ ਦੇ ਤਾਂ ਤੱਤੇ ਹੀ ਆ ਪਰ ਮੋਬਾਈਲ ਦੇ ਕੇ ਸ਼ਰਮਾ ਜਾਂਦੇ ਕੁੜੀਆਂ ਇਹ ਹੁਣ ਆਹ ਦੇਖੀ ਕਿਤੇ ਸ਼ਰਮ ਸਕੀ ਜਾਂਦਾ ਦੇਖ ਆਹ
ਸ਼ਰਨ ਸਿੰਘ ਦੇ ਸੰਗ ਦਾ ਜਮਾ ਹੀ ਸ਼ਰਮੀਲੇ ਬਾਹਲੇ ਸ਼ਰਮੀਲੇ ਆ ਦਿਲ ਖੁਸ਼ ਕਰਤਾ ਮੁੰਡੇ ਨੇ ਫੋਟੋ ਲਾ ਕੇ ਮਗਰ ਟ੍ਰੇਡਰ ਦੀ ਰਿਕਸ਼ਾ ਜਿਹਾ ਬਣਾਇਆ ਡੱਬੇ ਡੁੱਬੇ ਲਾ ਕੇ ਉਹ ਦੂਏ ਨੀ ਆਉਂਦੇ ਹੁੰਦੇ ਉਹ ਕਬਾੜ ਵਾਲੇ ਪੀਪੀਆਂ ਡੰਗੀਆਂ ਹੁੰਦੀਆਂ ਪੀਪੀਆਂ ਡੰਗੀਆਂ ਕਿਆ ਪੌਲੀਆਂ ਗੁਲਾਬੀ ਪੀਲੇ ਨੀਲੇ ਪਾਲੂ ਲੈ ਲੋ ਇੱਕ ਸੰਭਾਲੇ ਜਾਂਦਾ ਪਾਲੂ ਟੈਡੀ ਬੀਅਰ ਸੈੜੇ ਹੈ ਨੀ ਇਹਦੀ ਕੋਈ ਇਕੱਲਾ ਤੁਰਿਆ ਮਾੜੇ ਟਾਇਰ ਮਾਰਦੇ ਬਾਈ ਹਾਂ ਛੇਲਦੇ ਇਹਨੂੰ ਮਾੜਾ ਜਿਹਾ ਅੱਗ ਲਾ ਜਾਵੇ ਲਓ ਜੀ ਆ ਗਏ ਮੈਂ ਤੇ ਆਨੰਦਪੁਰ ਸਾਹਿਬ ਨਵੀਂ ਦਰੀ 'ਚ ਬੈਠੇ ਹੁੰਦੇ ਤੇ ਕਾਲੀ ਗਰਾਊਂਡ ਆ ਨੰਨੀ ਖੁਸ਼ ਹੋਇਆ ਪਿਆ ਅੱਜ ਕਿ ਕਾਲੀ ਗਰਾਊਂਡ ਦੇ ਉੱਤੇ ਕਹਿੰਦਾ ਖੇਡਣਾ ਸ਼ਖਸੀਅਤਾਂ ਲੰਗਰੇ ਖਾਈ ਅੱਜ ਕਿਆ ਕੀਤਾ ਜਦੋਂ ਲੰਗਰ ਦਾ ਆਉਂਦਾ ਮੂਰੇ ਨਾ ਲੰਗਰੇ ਖਾਣੇ ਤੋਂ ਘਰੇ ਗਿਆ ਲੰਗਰ ਪੜਾ ਗਿਆ ਅੱਜ ਪੂਰਾ ਸੋਲਾ ਰੱਖ ਅੱਧ ਕਿਦਾਂ ਹੋਣਾ ਸੋਲਾ ਨੀ ਛੇ ਪਾਣੀਆਂ ਤੂੰ ਗੁਣਾ ਕਰੀ ਜਾਂਦਾ ਦੇਖਾਂਗੇ ਪੈ ਹੀ ਜਾਣਾ ਸਾਰਿਆਂ ਨੂੰ ਪਤਾ ਲੱਗੇ ਜਾਣਾ ਆਹੋ ਮੈਚ ਪੈ ਜਾਣਾ ਆ ਧੱਕ ਪੈਂਦੀ ਅੱਜ ਪੂਰੀ ਦੇਖੀ ਤਾਂ ਸ਼ੇਰ ਨੇ ਬੁੱਕੇ ਅੱਜ ਪੂਰਾ ਇਕੱਲਾ ਕਬੱਡੀਆਂ ਪਾਉਂਦਾ ਸੀ ਬਾਲੇ 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 ਇਕੱਲਾ ਹੀ ਪਾਉਂਦਾ ਸੀ ਪਰ ਮੋੜ ਦਾ ਵੀ ਕੋਈ ਨਹੀਂ ਸੀ ਭਾਜੀ ਪਾਈ ਨਾ ਇਕੱਲੇ ਨੇ ਆਵੇ ਮੋਟਾ ਜਿਹਾ ਰੱਖ ਕੇ ਖਾਧਾ ਬਾਬੇ ਨੇ ਆਵਾਜ਼ ਨਹੀਂ ਨਿਕਲਦੀ ਗੜੈਂ ਗੜੈਂ ਮੱਠਾ ਮੱਠਾ ਬੋਲਦਾ ਆ ਚਾਹ ਨਹੀਂ ਪੀਤੀ ਮਗਰ ਬੋਲੋ ਯਾਰ ਆਸਾਂ ਮੇਰੀ ਰੋਟੀ ਜਾ ਕੇ ਵਰਸਾ ਤਾਂ ਰੱਖ ਕੇ ਨੰਨੀ ਕਹਿੰਦੇ ਲੰਗਰ ਛਕਣ ਆਇਆ ਕਹਿੰਦਾ ਆਹੋ ਚਲੋ ਚਲੋ ਟਾਈਮ ਸਰੀ ਬਾਬੇ ਨੇ ਮੁੜ ਕੇ ਲੰਗਰ ਵੀ ਛਕਾਉਣਾ ਆਹੋ ਪਹੁੰਚ ਚੁੱਕੀ ਆ ਪਕੌੜੇ ਪਾੜ ਟੀਮ ਮੁੜ ਕੇ ਪਾੜ ਆ ਹੁਣ ਆਪਣਾ ਮੂੰਹ ਵਧੀਆ ਲਿਆਉਣਾ ਹੁਣ ਦੱਸ ਬਈ ਸੱਜਣਾ ਕੀ ਬਣਿਆ ਅੱਜ ਤਾਂ ਮਾਹੌਲ ਬਣਿਆ ਹੋਰ ਕੁਛ ਨਹੀਂ ਬਣਿਆ ਮਾਹੌਲ ਤਾਂ ਹੁਣ ਮਾਹੌਲ ਬਣ ਗਿਆ ਮਤਲਬ ਵਧੀਆ ਮਾਹੌਲ ਬਣ ਗਿਆ ਸੀ ਕੀਤਾ ਕੀ ਕਮਾਇਆ ਕੀ ਤੇ ਸਿੱਖਿਆ ਕੀ ਅੱਜ ਕੀਤਾ ਤਾਂ ਕੁਛ ਨਹੀਂ ਕਮਾਇਆ ਵੀ ਕੁਛ ਕਮਾਇਆ ਵੀ ਕੁਛ ਨਹੀਂ ਸਿੱਖਿਆ ਬਹੁਤ ਕੁਛ ਸ਼ੁਕਰ ਸਿੱਖਿਆ ਇਹ ਆ ਕਿ ਜੇ ਤਾਂ ਮੈਚ ਖੇਡਣੇ ਆ ਭਾਈ ਰੈਂਟ ਵੀ ਕਰਨੀ ਜ਼ਰੂਰੀ ਆ ਦੂਜੀ ਗੱਲ ਇਹ ਆ ਕਿ ਰੋਜ਼ ਖੇਡ ਕੇ ਜੱਫੇ ਖਾਣ ਨਾਲੋਂ ਇਹ ਆ ਕਿ ਦੋ ਤਿੰਨ ਦਿਨਾਂ ਬਾਅਦ ਕਬੱਡੀ ਪਾ ਲਓ
कैंची मार के उसके बाद अगला पंप मार रहा कैंची बहुत तेज मारता कबड्डी पाउण लगा तू क्यों कंबदा सी थकावटो सारे सुन लो ए पट भी बोलते होंगे थकावट नहीं हो गए मोहरे कुटिया करो रज के जिदा मर्जी आओ खुला सदा खुला सदा।